ਅਫੀਸ਼ ਕਾਲ ਜੀ ਇਸ ਟਾਈਮ ਅਸੀਂ ਜਿਹੜੇ ਨਿਜਰਪੁਰਾ ਟੋਲ ਪਲਾਜ਼ਾ ਤੇ ਆ ਜਿੱਥੇ ਲਗਾਤਾਰ ਜਿਹੜੇ ਕਿਸਾਨ ਵੀਰਿਆ ਉਹ ਦਿੱਲੀ ਵਾਸਤੇ ਰਵਾਨਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਲੱਗਿਆ ਹੋਇਆ ਵਾ ਅੱਗੇ ਆ ਜਾਓ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਨਿਜਰਪੁਰਾ ਟੋਲ ਪਲਾਜ਼ਾ ਤੇ ਜਿੱਥੇ ਯਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤਰਨਾ ਲੱਗਿਆ ਹੋਇਆ ਕਾਫੀ ਲੰਮੇ ਸਮੇਂ ਤੋਂ ਆ ਜਿੱਥੇ ਲਗਾਤਾਰ ਜਿਹੜੇ ਕਿਸਾਨ ਵੀਰਿਆ ਅੱਜ ਦਿੱਲੀ ਵਾਸਤੇ ਰਵਾਨਾ ਹੋ ਰਿਹਾ ਇਸ ਟਾਈਮ ਵੀ ਸਾਡੇ ਨਾਲ ਕੁਝ ਕਿਸਾਨ ਵੀਰਿਆ ਜਿਹੜੇ ਦਿੱਲੀ ਦਿੱਲੀਵਾਲ ਨੂੰ ਜਾ ਰਿਹਾ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿ ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਹੋਏ ਆ ਉਹਨਾਂ ਬਾਰੇ ਇਹਨਾਂ ਦਾ ਕੀ ਵਿਚਾਰ ਹੈਗੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਕੌਰ ਸਿੰਘ ਸਰਪੰਚ ਪਿੰਡ ਬਾਲੀਆ ਮਝਪੁਰ ਦਾ ਰਹਿਣ ਵਾਲਾ ਅਸੀਂ ਜਿਹੜੇ ਸਰਕਾਰ ਨੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜਥਾ ਸ਼ਕਤ ਦਿੱਲੀ ਨੂੰ ਜਾ ਰਹੇ ਆ ਜਿਨ੍ਹਾਂ ਚਿਰੇ ਮੋਦੀ ਔਰੰਗਜੇਬ ਸਰਕਾਰ ਕਾਲੇ ਕਾਨੂੰਨ ਵਾਪਸ ਨਾ ਲਊ ਉਹਨਾਂ ਚਿਰ ਭਾਵੇਂ ਵਿਸਾਖੀ ਆ ਜਾਏ ਸਾਨੂੰ ਅਸੀਂ ਡਟ ਕੇ ਉੱਥੇ ਰਵਾਂਗੇ ਤੇ ਪੂਰਾ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ ਬਿਰਜੀ ਜਸਰ ਤੁਸੀਂ ਦੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਜਿਹੜਿਆ ਵਾ ਮੋਦੀ ਸਰਕਾਰ ਉੱਥੇ ੱੱਕਾ ਕਰ ਰਹੀ ਹੈਗੀ ਕਿਸਾਨਾਂ ਕਿਸਾਨ ਵੀਰਾਂ ਨਾਲ ਕਿਸੇ ਪ੍ਰੈਸ ਵਾਲਿਆਂ ਪ੍ਰੈਸ ਵਾਲੇ ਵੀਰਾਂ ਨੂੰ ਵੀ ਚੁੱਕ ਰਹੀ ਹੈਗੀ ਇਸ ਤੋਂ ਇਲਾਵਾ ਕਈ ਆਪਣੇ ਕਿਸਾਨ ਵੀਰ ਜਿਹੜੇ ਉੱਥੇ ਹਜੇ ਤੱਕ ਵੀ ਲਾਪਤਾ ਹੈਗੇ ਜਿੰਨਾਂ ਬਾਰੇ ਕੋਈ ਪਤਾ ਨਹੀਂ ਹੈਗਾ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਮੋਦੀ ਸਰਕਾਰ ਆਪਣੇ ਗੁੰਡਿਆਂ ਦੇ ਦੁਆਰਾ ਤਸ਼ੱਦਦ ਕਰ ਰਹੀ ਆ ਲੋਕਾਂ ਦੇ ਤੇ ਅਸੀਂ ਸ਼ਾਂਤਮਈ ਧਰਨਾ ਲਾਇਆ ਵਾ ਤੇ ਸ਼ਾਂਤਮਈ ਰਹਿਣਾ ਚਾਹੁੰਦੇ ਆ ਅਗਰ ਇਹਨਾਂ ਨੇ ਜਨਾਬ ਆ ਜਾਏ ਤੇ ਫਿਰ ਇਹਨਾਂ ਨੂੰ ਪਤਾ ਵੀ ਆ ਵੀ ਜਿਹੜੇ ਸਿੱਖ ਤੇ ਪੰਜਾਬੀ ਆ ਕਿ ਤਰ੍ਹਾਂ ਇਹ ਜਵਾਬ ਦਿੰਦੇ ਹੁੰਦੇ ਆ ਤੇ ਅਸੀਂ ਇਹਨਾਂ ਨੂੰ ਆਨੇ ਆ ਵੀ ਬਾਜ ਆ ਜਾਣ ਉਹ ਕੰਮ ਤੋਂ ਨਹੀਂ ਤੇ ਫਿਰ ਇਹਨਾਂ ਨੂੰ ਦੂਜੀ ਤਰ੍ਹਾਂ ਲਿਜਾਣਾ ਪਊਗਾ ਇਹਨਾਂ ਨੂੰ ਸਾਡੇ ਨਾਲ ਇਸ ਟਾਈਮ ਤੇ ਦਲਬਾਖ ਸਿੰਘ ਹੋਣੀ ਹੈਗੀ ਆ ਜਿਨ੍ਹਾਂ ਦੀ ਅਗਵਾਈ ਹੇਠ ਲਗਾਤਾਰ ਸਵੇਰ ਤੋਂ ਜਿਹੜੇ ਲਗਾਤਾਰ ਤਾਂ ਨਹੀਂ ਜਿਹੜੇ ਦਿੱਲੀ ਵਾਸਤੇ ਰਵਾਨਾ ਹੋ ਰਿਹਾ ਉਹ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਾਨਾ ਵਾਲਾ ਟੂਲ ਪਲਾਜ਼ੇ ਤੋਂ ਕਿਸਾਨ ਸੰਘਰਸ਼ ਕਮੇਟੀ ਵੱਲੋਂ ਉਹਨਾਂ ਦੀ ਗਵਾਈ ਦੇ ਵਿੱਚ ਇੱਥੋਂ ਅਣਗਿਣਤੀ ਜਥੇ ਜਿਹੜੇ ਆ ਉਹ ਦਿੱਲੀ ਵਾਸਤੇ ਰਵਾਨਾ ਕੀਤੇ ਜਾਂਦੇ ਆ ਇਸ ਵੇਲੇ ਵੀ ਹੁਣ 9 ਵਜੇ ਦੇ ਕਰੀਬ ਲੱਗ ਭਾਗੇ ਇੱਥੋਂ ਜਥੇ ਜਿਹੜੇ ਆ ਉਹ ਹੁਣ ਵੀ ਰਵਾਨਾ ਕਰ ਰਹੇ ਆ ਕਿਉਂਕਿ ਮੋਦੀ ਸਰਕਾਰ ਨੂੰ ਇਹ ਦੱਸਾਣਾ ਚਾਹੁੰਦੇ ਆ ਕਿ ਜੇ ਜਿਹੜੇ ਤੇਰੇ ਅਤਿਆਚਾਰ ਹੋ ਰਹੇ ਆ ਕਿਸਾਨਾਂ ਉੱਤੇ ਉਹ ਸਹਿਣ ਨਹੀਂ ਕਰਾਂਗੇ ਇਸੇ ਤਰ੍ਹਾਂ ਹੀ ਦਿੱਲੀ ਵਾਲ ਨੂੰ ਸਾਰੀਆਂ ਸੰਗਤਾਂ ਜਿਹੜੀਆਂ ਉਹ ਕੂਚ ਕਰਨਗੀਆਂ ਤੇ ਇਹ ਜਿਹੜਾ ਤੇਰੇ ਵੱਲੋਂ ਕਿਸਾਨਾਂ ਦੇ ਉੱਤੇ ਗੁੰਡਿਆਂ ਦਾ ਹਮਲਾ ਕੀਤਾ ਗਿਆ ਵਾ ਇਹ ਕਿਸਾਨਾਂ ਦੀ ਇੱਕ ਜਿੱਤ ਦਾ ਮਸਲਾ ਵਾ ਵੀ ਕਿਸਾਨਾਂ ਦੀ ਜਿੱਤ ਇਹਨਾਂ ਦੇ ਪੈਰਾਂ ਤੇ ਪਈ ਆ ਇਸ ਕਰਕੇ ਤੂੰ ਹੁਣ ਹਾਰ ਦੀ ਹਾਰ ਦਾ ਮੂੰਹ ਵੇਖਣ ਦਾ ਕਾਰਨ ਹੈ ਇਹ ਗੁੰਡਿਆਂ ਦੇ ਜਿਹੜੇ ਆ ਵਾਰਿਆ ਇਹ ਕਿਸਾਨਾਂ ਉੱਤੇ ਕਰਾ ਰਿਆ ਵਾਂ ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਇਹ ਹੁਣ ਮੇਰੇ ਵੀਰ ਆਪਣੀਆਂ ਜ਼ਮੀਨਾਂ ਤੇ ਜਮੀਰਾਂ ਨੂੰ ਜਾਗਦੇ ਹੋਏ ਜਗਾਉਂਦੇ ਹੋਏ ਇਹ ਰਵਾਨਾ ਹੋ ਰਿਹਾ ਦਿੱਲੀ ਵਾਸਤੇ ਤੇ ਹੋਰ ਵੀ ਜਿਹੜੇ ਪਿੱਛੇ ਵੀ ਸਾਡੇ ਵੀਰਿਆ ਉਹਨਾਂ ਨੂੰ ਵੀ ਸਾਡੇ ਵੱਲੋਂ ਜਥਿਆਂ ਵੱਲੋਂ ਬੇਨਤੀ ਆ ਕੁੱਲ ਜਥੇਬੰਦੀਆਂ ਵੱਲੋਂ ਕਿ ਇਸੇ ਤਰ੍ਹਾਂ ਹੀ ਜਥੇ ਬਣਾ ਕੇ ਤੇ ਦਿੱਲੀ ਵੱਲ ਨੂੰ ਰਵਾਨਾ ਹੋਣ ਕਿਉਂਕਿ ਹੁਣ ਬਹੁਤ ਲੋੜ ਆ ਉੱਥੇ ਦਿੱਲੀ ਦੇ ਵਿੱਚ ਜਿਹੜੇ ਕਿਸਾਨ ਵੀ ਸਾਡੇ ਉੱਥੇ ਬੈਠੇ ਆ ਤੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਹੁਣ ਇਸ ਵੇਲੇ ਆਪੋ ਆਪਣੀਆਂ ਗੱਡੀਆਂ ਲੈ ਕੇ ਆਪਣੇ ਹੀ ਸਾਰੇ ਖਰਚਾਂ ਦੇ ਉੱਤੇ ਜਿੰਨੇ ਕਿਸਾਨ ਵੀਰੋ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ ਤੇ ਇਸ ਵੇਲੇ ਅਸੀਂ ਟੂਲ ਪਲਾਜੇ ਤੋਂ ਇਹ ਜਿਹੜਾ ਇੱਕ ਬਹੁਤ ਭਾਰੀ ਜਥਾ ਜਿਹੜਾ ਉਹ ਰਵਾਨਾ ਕਰ ਰਹੇ ਆ ਤੇ ਸੋ ਜਿਹੜੇ ਪਿਛੇ ਉਹਨਾਂ ਨੂੰ ਵੀ ਬੇਨਤੀ ਆਪੀ ਇਸੇ ਤਰ੍ਹਾਂ ਹੀ ਦਿੱਲੀ ਵੱਲ ਨੂੰ ਕੂਚ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਅਸੀਂ ਦਲਬਖ ਸਿੰਘ ਹੁਣੇ ਸਾਡੇ ਨਾਲ ਜੋ ਸਵੀਰ ਤੋਂ ਲਗਾਤਾਰ ਜਿਹੜੇ ਜਥੇ ਜਾ ਰਹੇ ਹੈਗੇ ਦਿੱਲੀ ਵਾਸਤੇ ਉਹਨਾਂ ਦੀ ਅਗਵਾਈ ਕਰ ਰਹੇ ਹੈਗੇ ਆ ਤੁਸੀਂ ਬਨੇ ਰਹੋ ਪੰਜਾਬ ਅਸ ਟਾਈਮ ਅਸੀਂ ਨਿਜਰਪੁਰਾ ਟੋਲ ਪਲਾਜ਼ਾ ਤੇ ਆ ਜਿੱਥੋਂ ਲਗਾਤਾਰ ਸਵੇਰ ਤੋਂ ਕਿਸਾਨਾਂ ਦੇ ਜਿਹੜੇ ਜਥੇ ਆ ਉਹ ਦਿੱਲੀ ਵਾਸਤੇ ਰਵਾਨਾ ਹੋ ਰਹੇ ਹੈਗੇ ਆ ਅਸ ਟਾਈਮ ਸਾਡੇ ਨਾਲ ਜਿਹੜੇ ਆ ਸਰਦਾਰ ਦਲਬਖ ਸਿੰਘ ਜੋ ਆਯਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹੈਗੇ ਆ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਕਿਹਨੂੰਆ ਜਥਾ ਹੈਗਾ ਜਿਹੜਾ ਲਗਾਤਾਰ ਮੋਦੀ ਸਰਕਾਰ ਦੇ ਜਿਹੜੀਆਂ ਉਹਨੇ ਵਧਿਕੀਆਂ ਕਰ ਰਿਆ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਇਹਨਾਂ ਦੇ ਲਗਾਤਾਰ ਜਥੇ ਜਾ ਰਹੇ ਆ ਇੱਕ ਨੂਆ ਜਥਾ ਹੈਗਾ ਵਾ ਤੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪ੍ਰਧਾਨ ਜੀ ਜਿਹੜੇ ਤੁਸੀਂ ਲਗਾਤਾਰ ਜਿਹੜੇ ਜਥੇ ਜਾ ਰਹੇ ਇੱਕ ਦਿਨ ਜਥਾ ਹੈਗਾ ਸਵੇਰ ਦਾ ਇਹ ਅੱਜ ਅੱਜ ਸਵੇਰ ਸਵੇਰ ਦਾ ਹੀ ਜੀ ਆ ਸਵੇਰ ਸਵੇਰ ਦੇ ਪਹਿਲੋਂ 5 ਟਰਾਲੀਆਂ ਭੇਜੀਆਂ ਉਸ ਤੋਂ ਬਾਅਦ ਫਿਰ ਅਸੀਂ 3 ਕ 4 ਬਲਾਰੋ ਭੇਜੀਆਂ ਉਹਨਾਂ ਦਾ ਵੀ ਸਾਡੇ ਕੋਲ ਲਿਖਤਾਂ ਰਿਕਾਰਡ ਸਾਡੇ ਕੋਲ ਆ ਕੱਲੀ ਕੱਲੀ ਗੱਡੀ ਦਾ ਨੰਬਰ ਆ ਟਰਾਲੀ ਦੇ ਟਰਾਲੀ ਲਿਖੀ ਆ ਪਿੰਡ ਵਾਲਿਆਂ ਦਾ ਨਾਮ ਲਿਖਿਆ ਸਾਡੇ ਕੋਲ ਰਿਕਾਰਡ ਪੂਰਾ ਹੁਣ ਫੇਰ ਅਸੀਂ ਗੱਡੀ ਆ ਭਰ ਕੇ ਸੰਗਤ ਦੀ ਦਿੱਲੀ ਭੇਜਣ ਡਿਆ ਆ ਮਾਲਾ ਸਾਡਾ ਸੇਰ ਤੋਂ ਹੁਣ ਤੱਕ ਹੀ ਮੇਰੇ ਹਿਸਾਬ ਨਾਲ ਸਤਵਾਂ ਦੇ ਜਸਾ ਅਸੀਂ ਪੇ ਚੁੱਕੇ ਹਾਂ ਹੁਣ ਤੱਕ ਪਰ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਹੁਣ ਵਧਿਕੀਆਂ ਕਰ ਰਹੀ ਹੈਗੀ ਜਿਸ ਉਹਦੇ ਗੁੰਡੇ ਜਿਹੜੇ ਹੈਗੇ ਮੋਦੀ ਸਰਕਾਰ ਦੇ ਆਰਐਸਐਸ ਦੇ ਜਾਂ ਹੋਰ ਹੁਣ ਦਿੱਲੀ ਦੇ ਉੱਤੇ ਲਾਲ ਝੰਡੇ ਦੀ ਪੱਲੇ ਕਿਸਾਨਾਂ ਦੇ ਉੱਤੇ ਦਾ ਸਾਰਾ ਮੜ ਰਹੇ ਹੈਗੇ ਕਿ ਹਾਂ ਵੀ ਜਿਹੜਾ ਕਿਸਾਨ ਹੈ ਕਿਸਾਨਾਂ ਨੇ ਬੇਦਬੀ ਕੀਤੀ ਝੰਡੇ ਦੀ ਤੇ ਹੁਣ ਇਹਨਾਂ ਦੀ ਜਦੋਂ ਸਾਹਮਣੇ ਵੀਡੀਓ ਆ ਰਹੀਆਂ ਵੀਡੀਓ ਦੇ ਵਿੱਚ ਸਾਫ਼ ਪਤਾ ਲੱਗ ਰਿਹਾ ਹੈ ਜਾਂ ਵਾਕੀ ਇਹ ਜਿਹੜਾ ਹੈਗਾ ਵਾ ਇਹ ਆਰਐਸਐਸ ਤੇ ਜਾਂ ਜਿਹੜੀ ਦਿੱਲੀ ਦੀ ਆਪਣੀ ਪੁਲਿਸ ਹੈਗੀ ਆ ਉਹ ਨਾਲ ਕੇ ਕਰ ਰਹੀ ਆ ਇਹਨਾਂ ਨੂੰ ਤੁਸੀਂ ਕਿਸੇ ਨਈਰੇ ਨਾਲ ਦੇਖਦੇ ਜੋ ਬਹੁਤ ਜ਼ਿਆਦਾ ਜੀ ਹੁਣ ਵੀ ਇੱਕ ਨਾ ਕਹਾਵਤ ਆ ਸਾਡੇ ਪਿੰਡਾਂ ਦੇ ਵਿੱਚ ਜਦੋਂ ਬੰਦਾ ਗਿਰਨ ਲੱਗੇ ਨਾ ਤੇ ਗਲੀ ਦੇ ਵਿੱਚ ਉਹਨੇ ਪਾਣੀ ਰੋਕ ਦੇਣਾ ਨਾਲੀ ਰੋਕ ਦੇਣੀ ਕਿ ਲੜਾਈ ਕਦੀ ਨਾਲੀ ਨਾ ਵੀ ਰੁਗੀ ਆ ਇਹਦੀ ਕਿਸੇ ਦੇ ਘਰ گاڑی ਕੂੜਾ ਛੁੱਟਿਆ ਵੀ ਲੜਾਈ ਮਿਟੀ ਆ। ਇਹ ਉਹਦੇ ਨਾਲ ਕੀ ਹੋਊਗਾ? ਉਦੋਂ ਬੰਦਾ ਸਮਝੋ ਵੀ ਉਹ ਇਹ ਇਹਦੇ ਕੋਲ ਹਥਿਆਰ ਖਤਮ ਹੋ ਗਏ ਸਾਰੇ। ਗਿਰ ਗਿਆ ਵਾ। ਹੁਣ ਉਹ ਕੀ ਆ ਉਹਦੇ ਸੂਵੇ ਲਈ ਜਾਣ ਡਿਆ। ਸਰੀਏ ਗੱਡੀ ਜਾਣ ਡਿਆ। ਉਹਨੇ ਆਣੇ ਵਾਲੀ ਗੱਲ ਆ ਗਈ ਜਿਵੇਂ ਦਿਮਾਗ ਖਰਾਬ ਹੁੰਦਾ। ਵੀ ਰਾਤ ਵਿੱਚ ਸਰੀਆ ਕੱਢ ਦੋ। ਰਾਤ ਦੇ ਵਿੱਚ ਟੋਵਾ ਫੜ ਦੋ। ਇਹ ਤੇ ਗire ਬੰਦੇ ਦਾ ਕੰਮ ਆ। ਐਸ ਵੇਲੇ ਉਹਦਾ ਦਿਮਾਗ ਕੰਮ ਨਹੀਂ ਕਰ ਰਿਹਾ। ਵੀ ਮੈਂ ਕਰਨਾ ਕੀ ਆ? ਹੁਣ ਦੀ ਘੜੀ ਉਹ ਪਿੱਲਰ ਬਣਾ ਕੇ ਤੇ ਵਿੱਚ ਸਰੀਏ ਲਾਉਣ ਡਿਆ। ਉਹ ਬੇਬਕੂਫਾ ਜਿੰਨੇ ਤੋਂ ਸਰਯੇ ਲਾਉਂਦੇ ਆ ਸਾਡੇ ਸਿੰਘਾ ਛਾਲ ਮਾਰਕੀਟ ਆ ਪਜਣੇ ਆ ਉਤੋਂ ਦੀ ਡੱਬ ਜਣੇ ਆ ਤੇ ਤੂੰ ਉਹ ਸਰਯੇ ਗੱਡਣ ਡਿਆ ਹੋਣਾ ਮਤਲਬ ਉਹ ਨੀਤੀ ਬਿਲਕੁਲ ਉਹਦੀ ਗਿਰਗੀ ਆ ਦਿਮਾਗ ਖਰਾਬ ਹੋ ਗਿਆ ਦਾ ਹੁਣ ਮੋਦੀ ਦੀ ਕੋਈ ਜਮੀਰ ਨਹੀਂ ਰਹੀ ਕਦਮ ਹੋ ਗਿਆ ਜਿਸ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈਗਾ ਵਾ ਪਰ ਜਿਹੜੀਆਂ ਉਹ ਇਸ ਟਾਈਮ ਹਰਕਤਾਂ ਤੇ ਆ ਗਿਆ ਹੋਇਆ ਵਾ ਕਦੀ ਉਹ ਪ੍ਰੈਸ ਵਾਲੇ ਹੈਗਾ ਪ੍ਰੈਸ ਵਾਲਿਆਂ ਨੂੰ ਚੁੱਕਰਿਆ ਹੈਗਾ ਵਾ ਕਰਾਂ ਚਾਨਕੇ ਕਦੀ ਕੁਸ਼ ਕਰ ਰਿਹਾ ਹੈਗਾ ਵਾ ਤੇ ਪਰ ਇਸ ਟਾਈਮ ਜਿਹੜੀਆਂ ਉਹਦੀਆਂ ਹਾਲਾਤ ਹੋਗੇ ਹੋਏ ਆ ਕਿ ਉਹ ਕਿਸੇ ਵੀ ਜਿਹੜੀ ਗੱਲ ਹੈਗੀ ਉਹ ਸਿਰਫ ਆਪਣੇ ਹੀ ਉਹ ਤੇ ਇੱਕ ਚੰਦ ਗੁੰਡੇ ਲੈ ਕੇ ਜਿਹੜੇ ਆ ਉਹਨਾਂ ਨਾਲ ਕੰਮ ਕਰ ਰਿਆ ਹੈਗਾ ਵਾ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖੋਗੇ ਅਹੀਂ ਮੈਂ ਦੇ ਤਾਂ ਵੀ ਨਾ ਵੀ ਮੈਂ ਨਾ ਮੋਦੀ ਨੇ ਕੰਬਲੇ ਹੋ ਜਾਣਾ ਆਦੇ ਦਿਮਾਗ ਬੜੇ ਬੇਵਕੂਫ ਬੰਦੇ ਵਾਲੀ ਗੱਲ ਆ ਪਿੰਡ ਦੇ ਵਿੱਚੋਂ ਜਾ ਕੇ ਦੇ ਸ਼ਹਿਰ ਜੋ ਪੱਤਰਕਾਰ ਚੁੱਕ ਲੋ ਭਾਈ ਦੋ ਗੱਲ ਫੋਟੋ ਲਈ ਆ ਮੈਂ ਨਾ ਵੀ ਏਡੀ ਨਖੇਦੀ ਗੱਲ ਕਰ ਰਿਆ ਹੁਣ ਵੀ ਏਡੀ ਮਾੜਾ ਮਾੜਿਆ ਹਾਲਾਤਾਂ ਦੇ ਆ ਗਿਆ ਕਿਸੇ ਨੂੰ ਜਾ ਕੇ ਘਰ ਦੇ ਵਿੱਚ ਤੰਗ ਕਰਨਾ ਓਏ ਤੂੰ ਕੱਲ ਕੈਮਰਾ ਲਈ ਫਿਰਦਾ ਕੈਮਰਾ ਤੇ ਦੁਨੀਆ ਲਈ ਫਿਰਦੀ ਆ ਹੁਣ ਉਹਦਾ ਦਿਮਾਗ ਜਿਹੜਾ ਕੰਮ ਕਰਨੋਂ हट ਗਿਆ ਉਹਨੂੰ ਇਹ ਨਹੀਂ ਪਤਾ ਭਈ ਘਰ ਹੱਥ ਹੱਥ ਦੇ ਵਿੱਚ ਤੇ ਕੈਮਰੇ ਆ ਕੱਲੇ ਕੱਲੇ ਕੋਲ ਫੋਨ ਆ ਉੱਥੇ ਇਹਨੇ ਨੈਟ ਬੰਦ ਕੀਤੇ ਆ ਜੇ ਸਵਾਦ ਆ ਮਜ਼ਾ ਵਾ ਲੜਾਈ ਲੜਨੀ ਆ ਤੇ ਅਣਖ ਨਾਲ ਲੜੇ ਨੱਟ ਖੋਲੇ ਕਿਉਂ ਨੱਟ ਬੰਦ ਕੀਤੇ ਆ ਲੜਾਈ ਲੜ ਕੇ ਵੇਖੇ ਸਾਡੇ ਨਾਲ ਮੈਦਾਨ 'ਚ ਆ ਕੇ ਵੇਖੇ ਕਿਉਂ ਬਗਾਨੇ ਪੁੱਤ ਮਰਵਾਉਣ ਡਿਆ ਫੌਜਾਂ ਦੇ ਪੁੱਤ ਕਿਉਂ ਮਰਵਾਉਣ ਡਿਆ ਸਾਡੇ ਮਗਰ ਦੁਨੀਆ ਲੱਗੀ ਆ ਇਹ ਵੀ ਆਪਣੇ ਮਗਰ ਦੁਨੀਆ ਲਾਵੇ ਬਰਾਬਰ ਤੇ ਦੁਨੀਆ ਖਲਾਰੇ ਇਹਦੇ ਪਾਜ ਪਾਦੇ ਬੰਦੇ ਮਰ ਗਏ ਆ ਪਾਜ ਪਾਦੇ ਇਕੱਲੇ ਬੰਦੇ ਖਲਾਰੇ ਸਾਡੀ ਬਰਾਬਰ ਤੇ ਗਾੜੀ ਸਾਡੀ ਸਾਡੀ ਫੌਜ ਕੋ ਕੀ ਆ ਰਫਲਾਵਾ ਕੁਝ ਨਹੀਂ ਕੁਰਬਾਨਾਵਾ ਕੁਝ ਨਹੀਂ ਡਾਂਗਾਵਾ ਕੁਝ ਨਹੀਂ ਖਾਲੀ ਸਾਡੇ ਸਿੰਘ ਬੈਠੇ ਵਿਚਾਰੇ ਲੰਗਰ ਵਰਜ਼ਾ ਰਹਾ ਜਿਹੜੇ ਨੇ ਚੁੱਕ ਚੁੱਕ ਕੇ ਦੇ ਬੇਕਤੀ ਕੀਤੀ ਆ ਇਦਾਂ ਇਹ ਅੱਗੇ ਜਰਾਸੀ ਚ ਗਮ ਹੋਈ ਆ ਅੱਜ ਇਹ ਮੋਦੀ ਕਰ ਲੱਗਾ ਵਾ ਹੁਣ ਇਹ ਧਿਆਰਾ ਨਿੱਕਿਆਂ ਦੇ ਆ ਗਿਆ ਵਾ ਹੁਣ ਇਹ ਵੀ ਕਿਸੇ ਬੰਦੇ ਚੱਲੀ ਨਹੀਂ ਪਾਣੀ ਬੰਦ ਕਰਤਾ ਸਿੰਘ ਪਾਣੀ ਹਰਿਆਣੇ ਤੋਂ ਲੈ ਕੇ ਟੈਂਕਰਾਂ ਦੇ ਵਿੱਚ ਬੱਤੀ ਬੰਦ ਕਰਤੀ ਬੱਤੀ ਉਹ ਆਹੀ ਟਰਾਲੀਆਂ ਦੇ ਉੱਤੇ ਬਿਜਲੀ ਵਾਲੇ ਉੱਥੋਂ ਪਾ ਲਈ ਬੱਤੀ ਲਾ ਲਈ ਹੁਣ ਦੇ ਜਾਂਦੇ ਸੂਰਜ ਗਾੜੀ ਵੀ ਜਾਵੇ ਫਿਰ ਸੂਰਜ ਨਾਲ ਵੀ ਲੜਾਈ ਲੜੇ ਵੀ ਤੂੰ ਇਹਨਾਂ ਦੀ ਮਤ ਕਿਉਂ ਕਰਦਾ ਉਹਨੂੰ ਵੀ ਚਲਾਣ ਉਹਦਾ ਵੀ ਵਾਰੰਟ ਘੱਲੇ ਤੇਰੇ ਸੂਰਜ ਦੇ ਆਹ ਤੇ ਬੱਤੀ ਬਣਾ ਲਈ ਆ ਸਾਡੀ ਤਾਂ ਬਿਜਲੀ ਉਹਦੇ ਬਣ ਗਈ ਫੋਨ ਚਾਰਜ ਕਰਨੇ ਆ ਤੇ ਜਾਂ ਸਾਨੂੰ ਮੜਾ ਜਾ ਚਾਨਣ ਚਾਹੀਦਾ ਹੋਰ ਇਹ ਬੱਤੀ ਕਰਨੀ ਕੀ ਆ ਐਂ ਘੜੇ ਉਹ ਤਾਂ ਵੀ ਪਾਣੀ ਝੋਨੇ ਨੂੰ ਪਾਣੀ ਲਾਉਣਾ ਇਹ ਧਿਆਰਾਨੀ ਕਿੰਦੇ ਆ ਗਿਆ ਵਾ ਜਦੋਂ ਇਹੋ ਜਿਹੀ ਨਿੱਕੀਆਂ ਗੱਲਾਂ ਤੇ ਆਵੇ ਨਾ ਕੋਈ ਉਦੋਂ ਕਹਾਣੀ ਖਤਮ ਹੋ ਜਾਂਦੀ ਹੈ ਸੋ ਸਾਡੀ ਨਾਸੀ ਸਰਦਾਰਦਲ ਬਾਕਸਿੰਗ ਤੁਸੀਂ ਬਣੇ ਰਹੋ ਪੰਜਾਬ ਰਿਫਲੈਕਸ਼ਨ ਦੇ ਨਾਲ ਧੰਨਵਾਦ ਜੀ